ਅਰਦਾਸ ਕਰੀਏ ਸਾਧ ਸੰਗਤ, ਬਹੁਤ ਵੱਡੀ ਵਿਪਤਾ ਵਿੱਚੋਂ ਪੰਜਾਬ ਲੰਘ ਰਿਹਾ, ਪੂਰਾ ਕਿਸਾਨੀ ਅੰਦੋਲਨ ਜਿਹੜਾ ਉਹ ਤੁਹਾਨੂੰ ਪਤਾ, ਹੁਣ ਤੱਕ ਸਾਧ ਸੰਗਤ ਇਹਨਾਂ 14 ਦਿਨਾਂ ਵਿੱਚ 9 ਮੌਤਾਂ ਉਸ ਅੰਦੋਲਨ ਵਿੱਚ ਹੋ ਚੁੱਕੀਆਂ ਨੇ, ਔਰ ਸਾਨੂੰ ਪ੍ਰਾਪਤੀ ਨਹੀਂ ਅਜੇ ਕੁਝ ਵੀ, ਸੈਂਕੜੇ ਜਨਮ ਗੁਆ ਕੇ ਵੀ ਪ੍ਰਾਪਤੀ ਨਹੀਂ ਹੋ ਰਹੀ। ਤੁਹਾਨੂੰ ਬੇਨਤੀ ਹੈ, ਜਿਹੜੇ ਅੰਦੋਲਨ ਵਿੱਚ ਜਾ ਸਕਦੇ ਹੋ ਚੰਗੀ ਗੱਲ ਹੈ, ਔਰ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹਨੂੰ ਇੰਨੀ ਬੇਨਤੀ, ਆਪਣੇ ਘਰ 'ਚ ਇੱਕ ਜਪਜੀ ਸਾਹਿਬ ਦਾ ਪਾਠ ਉਹਨਾਂ ਵਾਸਤੇ ਜ਼ਰੂਰ ਕਰੋ, ਕਿਉਂਕਿ ਬਾਣੀ ਉਹ ਤਾਕਤ ਹੈ ਜਿਹੜੀ ਡਿੱਗਿਆਂ ਨੂੰ ਚੁੱਕ ਕੇ ਖੜਿਆਂ ਕਰ ਦਿੰਦੀ ਹੈ। ਜਿੱਥੇ ਕੋਈ ਸਹਾਇਤਾ ਨਾ ਕਰੇ ਬਾਣੀ ਗੁਰੂ ਉੱਥੇ ਸਹਾਇਤਾ ਕਰਦੀ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਰਭ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ, ਬਾਣੀ ਦੀ ਤਾਕਤ ਨੇ ਬਚਾਉਣਾ। ਤੁਹਾਨੂੰ ਬੇਨਤੀ ਹੈ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਉਹਨਾਂ ਕਿਸਾਨਾਂ ਲਈ ਆਪਾਂ ਜ਼ਰੂਰ ਕਰਨਾ। ਉਹ ਸਾਰਿਆਂ ਵਾਸਤੇ ਬੈਠੇ ਨੇ ਸਾਧ ਸੰਗਤ, ਆਪਣਾ ਅੰਦੋਲਨ ਨਹੀਂ ਉਹਨਾਂ ਦਾ, ਉਹ ਸਾਰਿਆਂ ਵਾਸਤੇ। ਔਰ ਜੋ ਉਹਦੇ ਇਫੈਕਟ ਨੇ ਉਹ ਤੁਸੀਂ ਪੜ੍ਹ ਲਿਓ, ਨੈੱਟ ਉੱਤੇ ਗੂਗਲ 'ਤੇ ਪਾ ਦਿੱਤੇ ਨੇ, ਵੀ ਜੇ ਇਹ ਨਾ ਹੋਇਆ ਤਾਂ ਫਿਰ ਆਪਣਾ ਹੋਣਾ ਕੀ ਹੈ, ਉਹ ਸਾਰਾ ਤੁਸੀਂ ਪੜ੍ਹ ਲਿਓ। ਉਹਦੇ ਵਾਸਤੇ ਬੇਨਤੀ ਹੈ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਪਲੀਜ਼ ਉਹਨਾਂ ਵਾਸਤੇ ਜ਼ਰੂਰ ਆਪਾਂ ਕਰੀਏ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਅਨੰਦ ਸਾਹਿਬ ਪੜ੍ਹਨੇ, ਫਿਰ ਅਰਦਾਸ ਬੇਨਤੀ 15-20 ਮਿੰਟ ਵਿੱਚ 10 ਵਜੇ ਸਮਾਪਤੀ ਹੋ ਜਾਣੀ ਸਭਾ ਦਾ। ਸਭ ਦਾ ਧੰਨਵਾਦ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।